ਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਿਹਾ ਤੇ ਮੈਂ ਸਿਰ ਨਵਾ ਕੇ ਮਾਫੀ ਮੰਗਦਾ। ਇੰਨੇ ਹਲਕੇ ਪੱਧਰ ਦੀ ਬਿਆਨਬਾਜ਼ੀ ਮੈਂ ਅੱਜ ਤੱਕ ਆਪਣੇ ਰਾਜਨੀਤਿਕ ਜੀਵਨ ਵਿੱਚ ਕਿਸੇ ਨੂੰ ਆਪਣੇ ਪੋਲੀਟੀਕਲ ਵਿਰੋਧੀਆਂ ਬਾਰੇ ਇਸ ਤਰ੍ਹਾਂ ਗੱਲਾਂ ਕਰਦੇ ਨਹੀਂ ਸੁਣਿਆ। ਮੈਂ ਸਿਰ ਨਵਾ ਕੇ ਮਾਫੀ ਮੰਗਦਾ। ਆਮ ਆਦਮੀ ਪਾਰਟੀ ਦੇ MLA ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਇੱਕ ਵੱਡੀ ਮੁਸੀਬਤ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ, ਕਿਉਂਕਿ ਉਹਨਾਂ 'ਤੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਸ਼ਿਕਾਇਤ ਭੇਜ ਦਿੱਤੀ ਗਈ ਹੈ, ਜਿਸ ਦਾ ਮੁੱਢ ਇਸ ਗੱਲ ਤੋਂ ਬਣਿਆ ਕਿ ਉਹਨਾਂ ਨੇ ਇੱਕ ਮੀਟਿੰਗ ਦੇ ਵਿੱਚ ਕਾਂਗਰਸੀ ਸਾਬਕਾ MLA ਰਵਿੰਦਰ ਸਿੰਘ ਗਿੱਲ ਬਾਰੇ ਕੁਝ ਸ਼ਬਦ ਬੋਲੇ ਸਨ, ਅਪਸ਼ਬਦ ਬੋਲੇ ਸਨ, ਜਿਸ ਦੇ ਵਿੱਚ ਉਹਨਾਂ ਨੇ ਸੁਨਿਆਰਾ ਅਤੇ ਤਰਖਾਣ ਭਾਈਚਾਰੇ ਬਾਰੇ ਕੁਝ ਅਪਸ਼ਬਦ ਕਹੇ, ਜਿਸ ਦੇ ਕਰਕੇ ਦੋਨਾਂ ਭਾਈਚਾਰਿਆਂ ਵੱਲੋਂ ਜੋ ਆਮ ਆਦਮੀ ਪਾਰਟੀ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਉਹਨਾਂ ਦਾ ਵਿਰੋਧ ਹੋਇਆ। ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਸਾਹਮਣੇ ਆ ਕੇ ਮਾਫ਼ੀ ਵੀ ਮੰਗੀ ਹੈ, ਪਰ ਇਸ ਸਮੇਂ ਮਾਮਲਾ ਕਾਫ਼ੀ ਜ਼ਿਆਦਾ ਭਖਦਾ ਨਜ਼ਰ ਆ ਰਿਹਾ। ਦੇਖੋ ਦੋਵੇਂ ਵੀਡੀਓਜ਼। ਦੋਸਤੋ, ਅੱਜ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਹਲਕੇ ਤੋਂ ਉਮੀਦਵਾਰ ਸਰਦਾਰ ਲਾਲਜੀਤ ਸਿੰਘ ਭੁੱਲਰ ਨੇ ਇੱਕ ਵਰਕਰਸ ਮੀਟਿੰਗ ਵਿੱਚ ਮੇਰੇ ਖਿਆਲ ਦੇ ਵਿੱਚ ਰਾਜਨੀਤੀ ਦੀਆਂ ਗੱਲਾਂ ਘੱਟ ਕੀਤੀਆਂ ਨੇ ਤੇ ਬਹੁਤ ਹੌਲੇ ਕਿਸਮ ਦੀਆਂ ਹੌਲੀਆਂ ਗੱਲਾਂ ਜਾਰੀਆਂ ਕੀਤੀਆਂ ਨੇ। ਮੇਰੇ ਤੇ ਕੋਲ ਇਲਜ਼ਾਮ ਪੋਲੀਟੀਕਲ ਲਾਵੇ ਮੈਨੂੰ ਕੋਈ ਇਤਰਾਜ਼ ਨਹੀਂ, ਪਰ ਇੰਨੇ ਹਲਕੇ ਪੱਧਰ ਦੀ ਬਿਆਨਬਾਜ਼ੀ ਮੈਂ ਅੱਜ ਤੱਕ ਆਪਣੇ ਰਾਜਨੀਤਿਕ ਜੀਵਨ ਵਿੱਚ ਕਿਸੇ ਨੂੰ ਆਪਣੇ ਪੋਲੀਟੀਕਲ ਵਿਰੋਧੀਆਂ ਬਾਰੇ ਇਸ ਤਰ੍ਹਾਂ ਗੱਲਾਂ ਕਰਦੇ ਨਹੀਂ ਸੁਣਿਆ। ਇੰਨੀ ਘਟੀਆ ਗੱਲ, ਪਤਾ ਨਹੀਂ ਕੀ ਕਿਸ ਗੱਲ ਦਾ ਗੁੱਸਾ ਆ, ਕਿਸ ਗੱਲ ਦਾ ਵਹਿਮ ਆ ਇਹਨਾਂ ਗੱਲਾਂ ਨਾਲ। ਮੇਰਾ ਖਿਆਲ ਦੇ ਵਿੱਚ ਜੇ ਲਾਲਜੀਤ ਸਿੰਘ ਤੇਰੀਆਂ ਵੋਟਾਂ ਵੱਧਦੀਆਂ ਹੋਣ ਤੇ ਜੰਮ ਜੰਮ ਕੇ ਮੈਨੂੰ ਰੋਜ਼ ਗਾਲਾਂ ਕੱਢਿਆ ਕਰ, ਮੇਰੇ ਪਰਿਵਾਰ ਬਾਰੇ ਜਿੰਨਾ ਤੂੰ ਚਿੱਕੜ ਛਾਲਣਾ ਛਾਲਣਾ, ਮੈਨੂੰ ਕਿਸੇ ਕਿਸਮ ਦੀ ਪਰਵਾਹ ਨਹੀਂ। ਪਰ ਮੈਂ ਇੱਕ ਬੇਨਤੀ ਕਰਾਂ ਕਿ ਪੱਟੀ ਹਲਕੇ ਦੇ ਲੋਕ ਤੇਰੀਆਂ ਉਹਨਾਂ ਗੱਲਾਂ ਨੂੰ ਯਾਦ ਕਰਦੇ ਨੇ ਜਦੋਂ ਤੂੰ ਕਿਹਾ ਸੀ ਕਿ ਮੈਂ ਅਗਲੀ ਵਾਰੀ ਵੋਟਾਂ ਤਾਂ ਲੈਣ ਆਊਂਗਾ, ਪਹਿਲਾਂ ਕੰਮ ਕਰੂੰਗਾ, ਕੰਮ ਕਰਕੇ ਦਿਖਾ ਨਾ। ਮੇਰੀ ਜਾਤੀ ਵਿਰੋਧਤਾ ਕਰਨ ਦੀ ਬਜਾਏ ਤੂੰ ਛੱਡ ਗੱਲ ਨੂੰ, ਮੇਰੇ ਕਿਰਦਾਰ ਬਾਰੇ, ਮੇਰੇ ਪਰਿਵਾਰ ਦੇ ਕਿਰਦਾਰ ਬਾਰੇ, ਮੇਰੀ ਘਰਵਾਲੀ ਦੇ ਕਿਰਦਾਰ ਬਾਰੇ ਲੋਕ ਪਿਛਲੇ 30-35 ਸਾਲਾਂ ਤੋਂ ਜਾਣਦੇ। ਮੈਂ ਇਸ ਇਲਾਕੇ ਵਿੱਚ 7-8-9 ਇਲੈਕਸ਼ਨਾਂ ਲੜੀਆਂ, ਕੁਝ ਹਰੀਆਂ ਕੁਝ ਜਿੱਤੀਆਂ ਨੇ, ਔਰ ਮੇਰੇ ਕਿਰਦਾਰ ਬਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਆ। ਗੱਲ ਇਸ ਗੱਲ ਦੀ ਸੀ ਕਿ ਜੇ ਕਾਂਗਰਸ ਸਰਕਾਰ ਵੇਲੇ ਵਿਕਾਸ ਹੋਇਆ ਤੇ ਮੈਂ ਵਿਕਾਸ ਦੀਆਂ ਗੱਲਾਂ ਕਰਦਾ, ਮੈਂ ਨਾ ਤਾਂ ਜਾਤੀ ਤੌਰ ਤੇ ਕਦੇ ਤੇਰੇ ਬਾਰੇ ਗੱਲ ਕੀਤੀ, ਨਾ ਜਾਤੀ ਤੌਰ ਤੇ ਤੇਰੇ ਕਦੇ ਪਰਿਵਾਰ ਦੀ ਗੱਲ ਕੀਤੀ, ਨਾ ਤੇਰੇ ਘਰਵਾਲੀ ਬਾਰੇ ਗੱਲ ਕੀਤੀ, ਮੈਂ ਤਾਂ ਕਰਦਾ ਹੀ ਨਹੀਂ। ਮੈਂ ਤਾਂ ਸਿਰਫ ਇਹ ਗੱਲ ਪੁੱਛਦਾ ਵਾਂ ਕਿ ਸਰਦਾਰ ਜੀ ਵਿਕਾਸ ਕਿੱਥੇ ਹੈ, ਕੰਮ ਕਿੱਥੇ ਹੈ, ਜਿਹੜੀਆਂ ਗੱਲਾਂ ਕਰਕੇ ਲੋਕਾਂ ਨੇ ਤੁਹਾਨੂੰ ਚੁਣਿਆ ਸੀ, ਵੋਟਾਂ ਪਾਈਆਂ ਸੀ, MLA ਬਣਾਇਆ, ਮੰਤਰੀ ਬਣਾਇਆ, ਡਬਲ ਮੰਤਰੀ ਤੁਸੀਂ ਕਹਿੰਦੇ ਹੋ, ਕਿ ਆਪਾਂ ਉਹਦੇ ਵਾਸਤੇ ਲੋਕਾਂ ਦਾ ਕੀ ਸਵਾਰਿਆ, ਹਲਕੇ ਦਾ ਕੀ ਸਵਾਰਿਆ। ਜਿਹੜੀਆਂ ਤੁਸੀਂ ਅੱਜ ਹੋਸ਼ੀਆਂ ਗੱਲਾਂ ਕੀਤੀਆਂ ਨੇ, ਦੇਖੋ ਮੈਨੂੰ ਬਹੁਤ ਸਾਰੇ ਲੋਕ ਕਹਿੰਦੇ ਆ ਤੇ ਮਾਣ ਹਾਨੀ ਦਾ ਪਰਚਾ ਕਰਨਾ ਚਾਹੀਦਾ, ਮੈਂ ਨਹੀਂ ਕੋਈ ਕਰਨਾ, ਬੇਸ਼ੱਕ ਤੂੰ ਜੰਮ ਜੰਮ ਕੇ ਮੈਨੂੰ ਗਾਲਾਂ ਕੱਢ, ਮੈਂ ਇਹੋ ਜਿਹੀ ਘਟੀਆ ਰਾਜਨੀਤੀ ਨਹੀਂ ਕਰਦਾ। ਜੇ ਤੈਨੂੰ ਵੋਟਾਂ ਵੱਧਦੀਆਂ ਤੇਰੀਆਂ ਇਸ ਤਰੀਕੇ ਨਾਲ ਤੇ ਮੇਰੇ ਖਿਆਲ ਦੇ ਵਿੱਚ ਜਿੰਨੀਆਂ ਮਰਜ਼ੀ ਮੈਨੂੰ ਗਾਲਾਂ ਕੱਢ, ਪਰ ਕਦੇ ਆਪਣੇ ਘਰ ਵਾਲਿਆਂ ਨੂੰ, ਆਪਣੀ ਘਰ ਦੀ ਨੂੰ ਪੁੱਛੀ, ਕਦੇ ਆਪਣੇ ਪਿਤਾ ਜੀ ਨੂੰ ਪੁੱਛੀ, ਕਦੇ ਭਰਾਵਾਂ ਨੂੰ, ਕਦੇ ਬੱਚਿਆਂ ਨੂੰ, ਕਦੇ ਆਪਣੇ ਦੋਸਤਾਂ ਨੂੰ ਜਾਂ ਸਾਥੀ MLAਆਂ ਨੂੰ ਜਾਂ ਸਰਪੰਚਾਂ ਨੂੰ ਜਾਂ ਕੌਂਸਲਰਾਂ ਨੂੰ ਪੁੱਛੀ ਕਿ ਜੋ ਤੂੰ ਅੱਜ ਬੋਲਿਆ ਉਹ ਸ਼ੋਭਾ ਦਿੰਦਾ। ਰਾਜਨੀਤੀ ਵਿੱਚ ਇਹਨਾਂ ਗੱਲਾਂ ਦੀ ਕਿਤੇ ਥਾਂ ਹੈਗੀ ਆ?
ਕੀ ਜੋ ਅੱਜ ਬੋਲ ਕੇ ਤੂੰ ਕੀ ਸਾਬਤ ਕਰਨਾ ਚਾਹੁੰਦਾ? ਰਿਜ਼ਲਟ ਤਾਂ 1 ਤਰੀਕ ਤੋਂ ਬਾਅਦ 4 ਤਰੀਕ ਨੂੰ ਆ ਜਾਣਾ। ਦੇਖੋ ਇੱਕ ਭੁਲੇਖਾ ਲੋਕਾਂ ਦੇ ਮਨ ਚ ਆ ਗਿਆ ਸੀਗਾ, ਲੋਕ ਬਦਲਾਅ ਦੇ ਚੱਕਰ ਵਿੱਚ ਫਸ ਗਏ, ਲੋਕਾਂ ਨੇ ਵੋਟਾਂ ਪਾ ਤੀਆਂ, ਲੋਕ ਅੱਜ ਪਛਤਾ ਰਹੇ ਨੇ। ਤੇ ਜਦੋਂ ਤੁਹਾਡੇ ਪੈਰਾਂ ਥੱਲੋਂ ਜ਼ਮੀਨ ਖਿਸਕ ਰਹੀ ਹੈ, ਉਸ ਖਿਸਕਣ ਕਰਕੇ ਤੇ ਅੱਜ ਗਾਲਾਂ ਕੱਢ ਕੇ ਤੁਹਾਡੀ ਜ਼ਮੀਨ ਤਾਂ ਨਹੀਂ ਬਚਣੀ। ਅੱਜ ਉਸ ਇਕੱਠ ਦੇ ਵਿੱਚ ਤੁਹਾਨੂੰ ਚਾਹੀਦਾ ਸੀ ਕਿ 2 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਪੇਸ਼ ਕਰਦੇ, ਉੱਥੇ ਦੱਸਦੇ ਕਿ ਪੱਟੀ ਹਲਕੇ ਦੀਆਂ ਕਿੰਨੀਆਂ ਸੜਕਾਂ ਬਣਾਈਆਂ, ਕਿੰਨੇ ਦੀ ਰਿਪੇਅਰ ਕੀਤੀ ਹੈ, ਕਿੰਨੇ ਪ੍ਰੋਜੈਕਟ ਕੀਤੇ ਨੇ, ਜਿਹੜੀ ਲਾਅ ਯੂਨੀਵਰਸਿਟੀ ਪੱਟੀ ਚ ਬਣੀ ਉਹਦੇ ਵਾਸਤੇ ਕਿੰਨੇ ਪੈਸੇ ਰਿਲੀਜ਼ ਕਰਾਏ ਨੇ, ਕਿੰਨੀਆਂ ਪੰਚਾਇਤਾਂ ਨੂੰ ਗਰਾਂਟਾਂ ਦਿੱਤੀਆਂ ਨੇ, ਕਿਹੜੇ ਕਿਹੜੇ ਕੰਮ ਕੀਤੇ ਨੇ, ਹਸਪਤਾਲਾਂ ਵਿੱਚ ਡਾਕਟਰ ਕਿੰਨੇ ਪੂਰੇ ਕੀਤੇ ਨੇ, ਸਕੂਲਾਂ ਵਿੱਚ ਟੀਚਰ ਕਿੰਨੇ ਪੂਰੇ ਕੀਤੇ, ਇਹ ਰਿਪੋਰਟ ਕਾਰਡ ਦੇਣਾ ਚਾਹੀਦਾ ਸੀ। ਜੇ ਮੈਂ ਆਪਣੇ ਕਾਂਗਰਸ ਸਰਕਾਰ ਵੱਲੇ ਕੀਤੇ ਵਿਕਾਸ ਦੀਆਂ ਗੱਲਾਂ ਕਰਦਾ ਤੇ ਤੁਸੀਂ ਆਪਣੇ ਵਿਕਾਸ ਦੀਆਂ ਗੱਲਾਂ ਕਰਕੇ ਦਿਖਾਉਂਦੇ? ਮੇਰੀ ਮਾਰੀ ਹੋਈ ਲੀਕ ਨੂੰ ਤੁਸੀਂ ਵੱਡੀ ਲੀਕ ਮਾਰਦੇ? ਲੋਕ ਕਹਿੰਦੇ ਯਾਰ ਲਾਲਜੀਤ ਭੁੱਲਰ ਨੂੰ 2 ਸਾਲ ਮਿਲ ਗਏ, ਮੈਂ ਤਾਂ ਇੱਕ ਯਾਰ ਮਾਮੂਲੀ MLA ਸੀ, ਤੁਸੀਂ ਮੰਤਰੀ ਬਣੇ ਹੋ, ਫਿਰ ਪੰਚਾਇਤ ਮੰਤਰੀ ਬਣੇ ਹੋ, ਫਿਰ ਟਰਾਂਸਪੋਰਟ ਮੰਤਰੀ ਬਣੇ ਹੋ। ਕੀ ਟਰਾਂਸਪੋਰਟ ਮੰਤਰੀ ਬਣ ਕੇ ਹਰੀਕੇ ਦਾ ਬੱਸ ਸਟੈਂਡ ਜਾਂ ਹੋਰ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਈਆਂ? ਜਿਹੜੇ ਗਰੀਬ ਵਿਚਾਰੇ ਤੜਫਦੇ ਫਿਰਦੇ ਆ, ਕੋਈ ਮੁਲਾਜ਼ਮ ਅੱਜ ਤੱਕ ਜਿਹੜੇ ਸਸਪੈਂਡ ਹੋਏ ਬਹਾਲ ਕਰਾਇਆ? ਪੰਚਾਇਤ ਮੰਤਰੀ ਬਣ ਕੇ ਕਿਸੇ ਪਿੰਡ ਦੇ ਵਿਕਾਸ ਦੀ ਗਾਥਾ ਸ਼ੁਰੂ ਕੀਤੀ ਹੈ? ਹਾਲੇ ਤੱਕ ਤਾਂ ਪੂਣੀ ਨਹੀਂ ਵੱਟੀ, ਕਿਹੜੀਆਂ ਗੱਲਾਂ ਕਰਦੇ ਹੋ ਇਹਨਾਂ ਗੱਲਾਂ ਨਾਲ? ਦੇਖੋ ਮਨ ਚ ਬੰਦੇ ਨੂੰ ਗੁੱਸਾ ਜ਼ਰੂਰ ਆਉਂਦਾ, ਮੈਨੂੰ ਤੁਹਾਡੀਆਂ ਗੱਲਾਂ ਸੁਣ ਸੁਣ ਕੇ ਤੁਹਾਡੇ ਤੇ ਤਰਸ ਵੀ ਆਉਂਦਾ ਹੈ, ਅਫਸੋਸ ਵੀ ਆਉਂਦਾ ਵੀ ਤੁਸੀਂ ਕਿਹੜੇ ਰਾਹ ਤੇ ਤੁਰ ਪਏ ਹੋ। ਔਰ ਇਹਦੇ ਨਾਲ ਤੁਸੀਂ ਮੇਰਾ ਘੱਟ ਤੁਸੀਂ ਆਪਣਾ ਸਰਦਾਰ ਜੀ ਜ਼ਿਆਦਾ ਜਲੂਸ ਕੱਢਿਆ। ਲੋਕ ਅੱਜ ਪੁੱਛਦੇ ਨੇ ਤੁਹਾਡੇ, ਤੁਹਾਡੀ ਸਟੇਜ ਤੇ ਬੈਠੇ ਲੋਕ, ਤੁਹਾਡੇ ਆਲੇ ਦੁਆਲੇ ਬੈਠੇ ਲੋਕ, ਤੁਹਾਡੀ ਪੰਡਾਲ ਵਿੱਚ ਬੈਠੇ ਲੋਕ, ਮੈਨੂੰ ਸੈਂਕੜੇ ਲੋਕਾਂ ਨੇ ਫੋਨ ਕੀਤੇ ਆ, ਲੋਕ ਰੋ ਰਹੇ ਸਨ, ਹੈਰਾਨ ਹੋ ਰਹੇ ਸਨ ਕਿ ਮੰਤਰੀ ਵੀ ਕੋਈ ਇਸ ਤਰ੍ਹਾਂ ਬੋਲਦਾ ਹੁੰਦਾ, ਇਸ ਤਰ੍ਹਾਂ ਦੇ ਭਾਸ਼ਣ ਕਰਦੇ ਨੇ। ਇਹਨਾਂ ਗੱਲਾਂ ਨਾਲ ਤੁਸੀਂ ਆਪਣਾ ਹੋਸ਼ਾਪਣ ਸਾਬਤ ਕੀਤਾ। ਮੈਂ ਕੋਈ ਤੁਹਾਡੇ ਤੇ ਮਾਣਹਾਨੀ ਦਾ ਕੇਸ ਨਹੀਂ ਕਰਨਾ, ਮੈਂ ਜ਼ਿੰਦਗੀ ਦੇ ਵਿੱਚ ਤੁਹਾਡੇ ਪਰਿਵਾਰ ਬਾਰੇ, ਤੁਹਾਡੀ ਘਰਵਾਲੀ ਬਾਰੇ, ਤੁਹਾਡੇ ਕਿਰਦਾਰ ਬਾਰੇ ਕੋਈ ਗੱਲ ਨਹੀਂ ਕਰਾਂਗਾ, ਮੈਂ ਕਦੇ ਗੱਲ ਨਹੀਂ ਕਰਦਾ। ਮੈਂ ਸਿਰਫ ਤੇ ਸਿਰਫ ਤੁਹਾਨੂੰ ਜੇ ਪੁੱਛਿਆ ਤੇ ਇਹ ਪੁੱਛਿਆ ਸੀ ਕਿ ਵਿਕਾਸ ਕਿੱਥੇ ਪੱਟੀ ਦਾ, ਜਿਹਦੇ ਵਾਸਤੇ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ, ਜਿਹੜੀਆਂ ਗੱਲਾਂ ਵਾਸਤੇ ਤੁਸੀਂ ਦਾਅਵੇ ਕਰਦੇ, ਅੱਜ ਕਿੱਥੇ ਉਹ ਕੰਮ? ਉਹਨਾਂ ਗੱਲਾਂ ਨੂੰ ਕਰੋ। ਪਾਰਲੀਮੈਂਟ ਇਲੈਕਸ਼ਨ ਆਈ ਹੈ ਨਾ, ਤੁਸੀਂ ਉਮੀਦਵਾਰ ਬਣੇ, ਜੰਮ ਜੰਮ ਬਣੋ, ਜੰਮ ਜੰਮ ਮੇਰੀ ਵਿਰੋਧਤਾ ਕਰੋ, ਜੰਮ ਜੰਮ ਮੈਨੂੰ ਗਾਲਾਂ ਕੱਢੋ। ਇਹਨਾਂ ਗੱਲਾਂ ਨਾਲ ਗੱਲ ਲੋਕ ਜਿਹੜੀਆਂ ਗੱਲਾਂ ਵਾਸਤੇ ਗਾਲਾਂ ਕੱਢਣ ਵਾਸਤੇ ਵੋਟਾਂ ਨਹੀਂ ਸੀ ਪਾਈਆਂ, ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਆਮ ਆਦਮੀ ਪਾਰਟੀ ਕਹਿੰਦੀ ਸੀ ਇੱਕ ਮੌਕਾ ਕੇਜਰੀਵਾਲ ਨੂੰ, ਇੱਕ ਮੌਕਾ ਕੇਜਰੀਵਾਲ ਨੂੰ ਦੇਤਾ, ਇੱਕ ਮੌਕਾ, ਦੂਜਾ ਤੇ ਮੌਕਾ ਹੀ ਨਹੀਂ ਸੀ ਮੰਗਿਆ। ਤੁਹਾਡੇ ਹਾਲਾਤ, ਤੁਹਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਕਿ ਨਹੀਂ ਅਹਿਸਾਸ, ਹੌਲੀ ਹੌਲੀ ਜਿਉਂ ਜਿਉਂ ਇਲੈਕਸ਼ਨ ਲੱਗੇ ਆਊਗੀ ਤੁਹਾਨੂੰ ਅਹਿਸਾਸ ਹੋਊਗਾ ਕਿ ਤੁਸੀਂ ਸੱਤਾ ਦੇ ਹੰਕਾਰ ਵਿੱਚ ਆਣ ਕੇ ਕਿਹਨੂੰ ਕਿਹਨੂੰ ਮਾੜਾ ਬੋਲਿਆ, ਕਿਹਨੂੰ ਕਿਹਨੂੰ ਆਪਣੇ ਦਫ਼ਤਰੋਂ ਭਜਾਇਆ, ਕਿਹਨੂੰ ਕਿਹਨੂੰ ਗਾਲਾਂ ਕੱਢੀਆਂ, ਕਿਹਨੂੰ ਕਿਹਨੂੰ ਨੀਵੇਂ ਪੱਧਰ ਦਾ ਨੀਵਾਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਹਨੂੰ ਲੋਕਾਂ ਨੂੰ ਕਿਹਾ ਕਿ ਮੈਂ ਤੈਨੂੰ ਜਾਣਦੇ ਨਹੀਂ ਤੂੰ ਕਿਹੜੇ ਪਿੰਡੋਂ ਆਇਆ। ਇਹ ਗੱਲਾਂ ਦਾ ਜਵਾਬ ਤੇ ਲੋਕ ਦੇਣਗੇ ਤੁਹਾਨੂੰ, ਕੋਈ ਗੱਲ ਨਹੀਂ, ਮੈਨੂੰ ਗੱਲ ਗਾਲਾਂ ਕੱਢੋ, ਹੋਰ ਕੱਢੋ ਗਾਲਾਂ। ਜੇ ਤੁਹਾਡੀ ਸ਼ਾਇਦ ਤੁਹਾਡੇ ਮਨ ਦੀ ਤ੍ਰਿਪਤੀ ਹੁੰਦੀ ਹੋਵੇ, ਤੁਹਾਡੇ ਮਨ ਨੂੰ ਤਸੱਲੀ ਹੁੰਦੀ ਹੋਵੇ, ਸਰਦਾਰ ਲਾਲਜੀਤ ਸਿੰਘ ਮੈਨੂੰ ਜਿੰਨੀਆਂ ਮਰਜ਼ੀ ਗਾਲਾਂ ਕੱਢ ਲਾ, ਮੇਰੀ ਘਰਵਾਲੀ ਨੇ ਇਸ ਇਲਾਕੇ ਵਿੱਚ ਕਦਮ ਨਾਲ ਕਦਮ ਮਿਲਾ ਕੇ ਕੰਮ ਕੀਤਾ ਹੈ, ਤੂੰ ਅੱਜ ਬਹੁਤ ਹੋਸ਼ੀਆਂ ਬਹੁਤ ਘਟੀਆ ਗੱਲਾਂ ਕੀਤੀਆਂ, ਤੂੰ ਉਹਦੇ ਕਿਰਦਾਰ ਬਾਰੇ ਗੱਲਾਂ ਕੀਤੀਆਂ ਨੇ, ਪੁੱਛ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੇ ਕਮਰੇ ਬਣਾ ਕੇ ਦਿੱਤੇ ਉਹਨਾਂ ਨੇ, ਪੁੱਛ ਉਹਨਾਂ ਲੋਕਾਂ ਨੂੰ ਗਰੀਬਾਂ ਦੀ ਜਿਨ੍ਹਾਂ ਦੀ ਮਦਦ ਕਰਦੀ ਹੈ, ਪੁੱਛ ਉਹ ਕੋਰੋਨਾ ਕਾਲ ਦੇ ਵਿੱਚ ਜਦੋਂ ਸੁਸਾਇਟੀਆਂ ਨੂੰ ਉੱਥੇ ਲੋਕਾਂ ਦੇ ਰਾਸ਼ਨ ਵਾਸਤੇ ਪੈਸੇ ਦੇ ਕੇ ਜਾਂਦੇ ਨੇ, ਯਾਰ ਉਹ ਆਪਣੀ ਕਿਰਤ ਕਮਾਈ ਦੇ ਵਿੱਚ, ਤੂੰ ਕਿਹਾ ਕਿ ਗਿਲਦੇ ਤਾਂ 2.5 ਕਿੱਲੇ, ਮੇਰੇ 60 ਕਿੱਲੇ, ਮੈਂ ਕਹਿੰਦਾ ਮੇਰੇ 2.5 ਕਿੱਲੇ ਵੀ ਨਹੀਂ, ਮੈਂ ਤਾਂ ਗਰੀਬ ਬੰਦਾ ਮਾਤੜ ਬੰਦਾ, ਮੈਂ ਕਦੋਂ ਦਾਅਵਾ ਕੀਤਾ ਮੇਰਾ 100 ਕਿੱਲਾ?
ਮੈਂ ਕਹਿੰਦਾ ਤੇਰੇ 60 ਕਿੱਲੇ 100 ਹੋਣ, 200 ਹੋਣ, 500 ਹੋਵੇ, ਕਿਸੇ ਨੂੰ ਕੀ ਭਾਅ ਆ। ਜੰਮ ਜੰਮ ਬਣਾਓ, ਹੋਰ ਦਾਲ ਲੱਗਦਾ ਬਣਾਓ। ਮੈਂ ਤਾਂ ਆਪਣੇ ਆਪ ਚ ਸੰਤੁਸ਼ਟ ਆ। ਮੈਂ ਕਹਿੰਦਾ ਮੇਰੇ 2.5 ਕਿੱਲੇ ਵੀ ਨਹੀਂ, ਮੈਂ ਤਾਂ ਜੋ ਕੁਝ ਵੀ ਹੈ ਮੈਂ ਆਪਣੇ ਆਪ ਸੰਤੁਸ਼ਟ ਆ, ਮੈਨੂੰ ਕੁਛ ਨਹੀਂ ਚਾਹੀਦਾ। ਮੈਂ ਰੱਬ ਦੀ ਰਜਾ ਵਿੱਚ ਰਹਿਣ ਵਾਲਾ ਬੰਦਾ ਆ। ਜੇ ਤੈਨੂੰ ਕੋਈ ਕਿਸੇ ਗੱਲ ਦਾ ਭੁਲੇਖਾ ਹੋਵੇ ਕਿ ਸ਼ਾਇਦ ਸਰਕਾਰ ਬਣਾ ਕੇ ਤੇ ਮੈਂ ਕੋਈ ਲੁੱਟਾਂ ਮਾਰਾਂ ਕੀਤੀਆਂ, ਲੱਭ ਤਕੜੇ ਹੋ ਕੇ ਆਪਣੀਆਂ ਜਿਹੜੀਆਂ ਏਜੰਸੀਆਂ ਨੇ, ਤੁਹਾਡੀਆਂ ਤੇਰੀਆਂ ਇੰਟੈਲੀਜੈਂਸ ਏਜੰਸੀਆਂ ਨੇ, ਵਿਜੀਲੈਂਸ ਨੇ, ਜੋ ਮਰਜ਼ੀ ਕਰੋ, ਤੁਹਾਡੇ ਕੋਲ ਹੱਕ ਹੈ ਅਸਲ ਆ, ਕੰਮ ਕਰੋ, ਤਕੜੇ ਹੋ ਕੇ ਕਰੋ। ਤੇ ਪਰ ਇਹ ਆ ਕਿ ਮੈਂ ਹੁਣ ਤਾਂ ਤੈਨੂੰ ਕੁਝ ਨੀ ਕਹਿਣਾ, ਸਮਾਂ ਆ ਜਾਣਾ। ਜਦੋਂ ਸਮਾਂ ਆ ਗਿਆ ਨਾ, ਫਿਰ ਮੈਂ ਕੱਲੀ ਕੱਲੀ ਦਾ ਹਿਸਾਬ ਦਾ ਗੱਲ ਦਾ ਪੁੱਛੂਗਾ ਜ਼ਰੂਰ। ਜੇ ਮਤ ਸਮਝੀ, ਕਿਤੇ ਕਮਜ਼ੋਰੀ ਨਾ ਸਮਝੀ ਕਿ ਮੈਂ ਅੱਜ ਕੋਈ ਗੱਲ ਨਹੀਂ ਕਰਦਾ। ਉਹ ਸਮਾਂ ਆਇਆ ਨਾ ਸਰਦਾਰ ਲਾਜੀ ਸਿਆਂ, ਕਿ ਜੋ ਕੁਝ ਮੂੰਹ ਚੋਂ ਨਿਕਲਦਾ ਰਿਕਾਰਡਿੰਗ ਹੈ, ਤੁਹਾਡੀਆਂ ਟੇਪਾਂ ਪਈਆਂ ਨੇ, ਫਿਰ ਮੈਂ ਪੁੱਛੂਗਾ ਕਿ ਸਰਦਾਰ ਜੀ ਦੱਸੋ ਇਹਨਾਂ ਗੱਲਾਂ ਦਾ ਜਵਾਬ ਕੀ ਹੈ। ਇਲੈਕਸ਼ਨ ਲੜ, ਤੈਨੂੰ ਤੇਰੀਆਂ ਗੱਲਾਂ ਮੁਬਾਰਕ ਹੋਣ, ਤੇਰੇ ਲਫ਼ਜ਼ ਤੇਰੀ ਸਪੀਚ ਤੈਨੂੰ ਮੁਬਾਰਕ ਹੋਵੇ। ਪਰਮਾਤਮਾ ਕਿਰਪਾ ਕਰੇ, ਤੰਦਰੁਸਤ ਰਹਿ, ਤੇਰਾ ਪਰਿਵਾਰ ਤੰਦਰੁਸਤ ਰਹੇ। ਉਹ ਵੇਖਣ ਕਿ ਜਦੋਂ 1 ਜੂਨ ਤੋਂ ਬਾਅਦ 4 ਜੂਨ ਨੂੰ ਰਿਜ਼ਲਟ ਆਉਣਾ, ਉਦੋਂ ਆਪਣਾ ਹਾਲ ਕੀ ਹੁੰਦਾ। ਗਿਣਤੀ ਕਰਕੇ ਨਾ ਕਿਤੇ ਕਿਤਾਬ ਦੇ ਵਿੱਚ ਲਿਖ ਲਿਖ ਕੇ ਨਾ ਗਿਣਤੀ ਕਰਦਾ ਜੀ, ਕਿੰਨੇ ਲੋਕ ਤੈਨੂੰ ਛੱਡ ਰਹੇ ਆ। ਸਰਕਾਰ ਆਮ ਆਦਮੀ ਪਾਰਟੀ ਦੀ ਹੈ ਜਨਾਬ ਜੀ, ਤੁਸੀਂ ਮੰਤਰੀ ਹੋ, ਤੁਸੀਂ ਉਮੀਦਵਾਰ ਹੋ, ਤੇ ਲੋਕ ਅੱਜ ਕਾਂਗਰਸ ਜੁਆਇਨ ਕਰ ਰਹੇ ਆ। ਆਉਣ ਵਾਲੇ ਸਮੇਂ ਦੇ ਵਿੱਚ ਤੈਨੂੰ ਪਤਾ ਲੱਗੂ, ਤੈਨੂੰ ਸਮਝ ਨਹੀਂ ਆਉਣੀ ਕਿ ਗੱਲ ਕੀ ਬਣੀ ਹੈ। ਹਨੇਰੀ ਆਈ ਸੀ ਨਾ ਆਮ ਆਦਮੀ ਪਾਰਟੀ ਦੀ, ਉਹ ਜਦੋਂ ਧੂੜ ਉੱਡੀ ਸੀਗੀ, ਉਹ ਲੋਕਾਂ ਦੀਆਂ ਅੱਖਾਂ ਵਿੱਚ ਪਈ, ਉਹਨਾਂ ਨੂੰ ਸਾਡਾ ਕੰਮ ਨਜ਼ਰ ਨਹੀਂ ਆਇਆ। ਪਰ ਹੁਣ ਇੱਕ ਸੁਨਾਮੀ ਆਉਣੀ ਹੈ, ਉਸ ਸੁਨਾਮੀ ਦੇ ਵਿੱਚ ਸਭ ਕੁਛ ਢਹਿ ਢੇਰੀ ਹੋ ਜਾਣਾ, ਤੈਸ਼ ਨੈਸ਼ ਹੋ ਜਾਣਾ, ਖਤਮ ਹੋ ਜਾਣਾ। ਤਕੜਾ ਹੋ ਕੇ ਰਾਜਨੀਤੀ ਵਾਸਤੇ ਕੋਈ ਚੰਗੇ ਸੱਜਣ ਲੱਭ ਕੇ ਉਹਨਾਂ ਕੋਲ ਸਿੱਖ ਕਿ ਮੈਨੂੰ ਕੀ ਬੋਲਣਾ ਚਾਹੀਦਾ। ਜਿਹੜੀ ਸਪੀਚ ਅੱਜ ਤੂੰ ਕੀਤੀ ਹੈ ਨਾ, ਉਹ ਕਿਤੇ ਆਰਾਮ ਨਾਲ ਅੰਦਰ ਬਹਿਣ ਕੇ ਨਾ ਉਹ ਸਪੀਚ ਦੁਬਾਰਾ ਸੁਣੀ, ਆਪਣੇ ਪਰਿਵਾਰ ਨੂੰ, ਆਪਣੇ ਘਰਦਿਆਂ ਨੂੰ, ਆਪਣੇ ਪਿਤਾ ਜੀ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਬੱਚਿਆਂ ਨੂੰ ਦੱਸੀ ਕਿ ਅੱਜ ਆ ਮੈਂ ਬੋਲ ਕੇ ਆਇਆ। ਜੇ ਇੱਕ ਵੀ ਬੰਦਾ ਤੇਰੀ ਉਸ ਸਪੀਚ ਨੂੰ ਠੀਕ ਕਹਿ ਦੇਗਾ, ਤੇ ਮੈਂ ਜਿੱਥੇ ਕਹੇਗਾ ਨੀਵਾਂ ਨੀਵਾਂ ਕਰਕੇ ਮੈਨੂੰ ਜਿੱਥੇ ਮਰਜ਼ੀ ਬਿਠਾ ਦੀ, ਮੈਂ ਆਪਣੀ ਹਾਰ ਮੰਨ ਕਰ। ਸੋ ਇਸ ਕਰਕੇ ਪਰਮਾਤਮਾ ਬੜਾ ਬਿਆਨ ਤਿਆ, ਮੈਂ ਬਹੁਤ ਜਫਰ ਜਲ ਲਿਆ, ਤੰਗੀਆਂ ਵੇਖੀਆਂ, ਮੈਨੂੰ ਕਿਸੇ ਕਿਸਮ ਦੀ ਪਰਵਾਹ ਨਹੀਂ। ਜਿੱਤਾਂ ਹਾਰਾਂ ਪਰਮਾਤਮਾ ਦੇ ਵਸ ਆ, ਕਦੇ ਹਾਰ ਕਦੇ ਜਿੱਤ ਕਿਸੇ ਦੇ ਵਸ ਦੀ ਗੱਲ ਨਹੀਂ। ਤਕੜੇ ਹੋ ਕੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰੋ, ਜੋ ਰੱਬ ਨੇ ਤੁਹਾਨੂੰ ਦਿੱਤੀ ਹੈ, ਲੋਕਾਂ ਨੇ ਦਿੱਤੀ ਹੈ, ਔਰ ਜੋ ਤੁਸੀਂ ਕੀਤਾ ਹੈ ਇਹਦਾ ਖਮਿਆਜ਼ਾ। ਮੇਰੇ ਖਿਆਲ ਦੇ ਵਿੱਚ 650 ਬੰਦਾ ਉਸ ਤੁਹਾਡੀ ਮੀਟਿੰਗ ਦੇ ਵਿੱਚ ਸੀ, ਜ਼ੋਰ ਤਾਂ ਤੁਸੀਂ ਬੜਾ ਲਾਇਆ, ਕੁਰਸੀਆਂ ਕੁਝ ਖਾਲੀ ਵੀ ਸੀ, ਔਰ ਉਸ 650 ਬੰਦੇ ਵਿੱਚੋਂ ਇੱਕ ਵੀ ਬੰਦਾ ਜੇ ਤੈਨੂੰ ਕਹੇ ਕਿ ਬਹੁਤ ਚੰਗਾ ਬੋਲਿਆ, ਤੇ ਜ਼ਰੂਰ ਆਪਣੇ ਆਪ ਨੂੰ ਥਾਪੀ ਦੇ। ਪਰ ਮੈਨੂੰ ਅਫਸੋਸ ਹੈ, ਮੈਨੂੰ ਤਰਸ ਆਉਂਦਾ ਤੇਰੀ ਸੋਚ ਦੇ ਯਾਰ, ਤੂੰ ਕਿੱਥੇ ਰਾਜਨੀਤੀ ਦਾ ਪੱਧਰ ਇੰਨਾ ਨੀਵਾਂ ਡੇਗਦਾ। ਇਹਦਾ ਅਹਿਸਾਸ ਤੈਨੂੰ ਆਉਣ ਵਾਲੇ ਦਿਨਾਂ 'ਚ ਹੋਊਗਾ, ਔਰ ਤੈਨੂੰ ਖਮਿਆਜ਼ਾ ਭੁਗਤਣਾ ਪੈਣਾ। ਚੇਤਾ ਰੱਖੀ, ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਕੱਲ੍ਹ ਦੀ ਰੈਲੀ ਦੇ ਵਿੱਚ ਪੱਟੀ ਮਾਈ ਪੈਲਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ, ਉਹ ਮੈਂ ਸਾਬਕਾ MLA ਜਿਹੜਾ ਕਾਂਗਰਸ ਦਾ ਹਰਮਿੰਦਰ ਸਿੰਘ ਗਿੱਲ ਨੂੰ ਕਹੀਆਂ। ਉਹਦੇ ਵਿੱਚ ਮੇਰੇ ਭਰਾ ਨੇ, ਬਰਾਦਰੀਆਂ ਜਿੰਨੀਆਂ ਵੀ ਆ, ਉਹ ਸਾਰੇ ਮੇਰੇ ਭਰਾ ਮੇਰੇ ਪਰਿਵਾਰਾਂ ਦੀ ਤਰ੍ਹਾਂ ਹੈ। ਅਤੇ ਮੈਂ ਜੋ ਗੱਲ ਕਹੀ ਆ ਉਹ ਸਾਬਕਾ MLA ਹਰਮਿੰਦਰ ਸਿੰਘ ਗਿੱਲ ਨੂੰ ਕਹੀ, ਕਿਸੇ ਬਰਾਦਰੀ ਨੂੰ ਨਹੀਂ ਕਹੀ। ਅਤੇ ਜੇ ਕਿਸੇ ਨੂੰ ਲੱਗਦਾ ਮੇਰੇ ਭਰਾ ਨੂੰ, ਕਿਸੇ ਬਰਾਦਰੀ ਨੂੰ ਠੇਸ ਪਹੁੰਚੀ ਆ, ਜਾਂ ਕਿਸੇ ਨੂੰ ਲੱਗਦਾ ਵੀ ਸਾਨੂੰ ਕਿਹਾ, ਤਾਂ ਮੈਂ ਸਿਰ ਨਵਾ ਕੇ ਮਾਫ਼ੀ ਮੰਗਦਾ। ਮੇਰਾ ਕੋਈ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਣ ਦਾ। ਇਹ ਲਗਭਗ 1 ਸਾਲ ਹੋ ਗਿਆ ਸੀ, ਇਹ ਸਾਬਕਾ MLA ਸਾਡੇ ਕਦੀ ਮੇਰੇ ਬੱਚਿਆਂ ਬਾਰੇ, ਕਦੀ ਮੇਰੇ ਬਾਰੇ ਨਜਾਇਜ਼ ਗੱਲਾਂ, ਜਿਹੜੀ ਕੋਈ ਗੱਲ ਹੈਗੀ ਨਹੀਂ ਉਹ ਗੱਲਾਂ ਐਵੇਂ ਨਜਾਇਜ਼ ਕਰਦਾ ਸੀ। ਅਤੇ ਅਸਲ 'ਚ ਇਹਨੂੰ ਪੱਟੀ 'ਚ
ਇਦਾਂ ਕਹਿੰਦੇ ਆ ਤੋਂ ਮੇਰੇ ਕੋਲ ਜਜ਼ਬਾਤੀ ਹੋ ਕੇ ਉਹ ਗੱਲਾਂ ਮੂੰਹੋਂ ਨਿਕਲ ਗਈਆਂ, ਪਰ ਮੈਂ ਫਿਰ ਹੱਥ ਜੋੜ ਕੇ ਮਾਫ਼ੀ ਮੰਗਦਾ ਆਪਣੇ ਭਰਾਵਾਂ ਤੋਂ, ਐਸਸੀ ਬਰਾਦਰੀਆਂ, ਬੀਸੀ ਬਰਾਦਰੀਆਂ, ਜਰਨਲ ਬਰਾਦਰੀਆਂ, ਜਿੰਨੇ ਵੀ ਭਾਈਚਾਰਿਆਂ ਦੇ ਭੈਣ ਭਰਾ ਨੇ, ਲੋਕ ਨੇ, ਮੇਰੇ ਪਰਿਵਾਰਾਂ ਦੀ ਤਰ੍ਹਾਂ ਨੇ। ਜੇ ਕਿਸੇ ਨੂੰ ਠੇਸ ਪਹੁੰਚੀ ਆ ਤਾਂ ਮੈਂ ਉਹਦੇ ਲਈ ਸਿਰ ਨਵਾ ਕੇ ਤੁਹਾਡੇ ਅੱਗੇ ਸਿਰ ਨੂੰ ਆਉਣਾ ਅਤੇ ਮਾਫ਼ੀ ਮੰਗਦਾ। ਇਸ ਗੱਲ ਨੂੰ ਆਪਾਂ ਇੱਥੇ ਹੀ ਛੱਡ ਦਈਏ, ਇਸ ਗੱਲ ਨੂੰ ਇੱਥੇ ਹੀ ਮੁਕਾ ਦਈਏ। ਮੇਰਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਕਸਦ ਨਹੀਂ ਸੀ। ਧੰਨਵਾਦ ਜੀ।